ਚਰਨੋ ਭਾਈ ਅੱਗੇ ਨਾਲ ਤੂੰ ਮੋਟੀ ਹੋ ਗਈ ਹੈ ਤੇਰੇ ਬਾਪ ਦਾ ਖਾਣੀ ਹੈ ਮੈਂ ਚੌਰਿਆ ਮੈਂ ਤਾਂ ਕਹਣਾ ਮੈਂ ਚਾਹ ਪਿਆ ਦਨੇ ਆ ਜਾ ਬਸ ਦੇ ਜਾਣ ਦੇ ਤੇਰੀ ਚਾਹਾਂ ਨੂੰ ਮੈਂ ਮਰਨਾ ਕਿਵੇਂ ਕਰਦਾ ਹੈ ਓਏ ਪੋਸਤਾ ਹੀ ਡੋਡੇ ਵਾਲੀ ਬਸ ਆਪਦੀ ਪੀ ਮੈਨੂੰ ਪਿਆ ਲੈ ਹੈ ਜਿਹੜੀ ਲੈ ਕੇ ਆਇਆ ਹੁਣ ਓ ਮੇਰੇ ਪਤਾ ਨਹੀਂ ਮੈਂ ਕਹਿੰਦੀ ਮੇਰੇ ਹੱਥ ਨਾਲ ਮਰਨਾ अज पापा आऊगा सनोर तो नाले कर मेरे पर्स चो पैसे ले जा भुजिया ते नाले बिस्कुट ले क्रीम वाले लेऊंगा बिस्कुट क्रीम वाले ले सच्ची आऊंगा सच्ची आऊंगा जा कोई सोने जे कपड़े पाले वधिया दे हां ओ कुत्ते हां किया ना तो यार ना होए हां मैं के नहीं थमिनु कल खरी पूरी खानी एक पैसे दे हैं पैसे अंदरो ले जा उत्ते 10 रुपए पए ने हैं ले आ दूंगा यार पापा आऊंगा मैं आ जा किन्ने आना जी अतू तेरे बाप ने आना और किन्ने आना दाड़ी नू बस मां लाया न्याणिया नू आपे कह दे हुण ना मैनू आखण दाया हुण ना गण खाई नी आबे मुल छड़े जेड़दा मैनू तुसी पार्लर लै जाओगे हैं पार्लर लै जाओगे वो की हुंदा नी ब्यूटी पार्लर जिथे मुंह सिर दा थोड़ा शक्ल सवार देने इत्थे जाई मेले दी बहू कोले इत्थे की करेंगे एड्डे पैसे लैंदे ने ओ हैं उहनां नूं अकल हैगी है किनू आ जड़ी तुहाडी मेले मेले मूले दी बहू चमकारे मार दे मेले दी बहू मैं नहीं मैं तां संगरूर जाऊं चल मैं तां मखौल करदा बाद चलांगे नाले तां करांगे तेरी वर्दी दा नाप या देवांगे हैं ठीक है जी नाले तेरे उत्थे जावांगे किथे तू कहणी है जाण नूं नजारे मेनू डोल दो पानी मैं लिया रही हां पानी चिप्स लिया दूंगा हजे भी नहीं ठहरता है देख लो बैग जा लेने करने जवाक जी ने साल बाद शुक्र मेरा साला कोई कबूतर कबातर जा दिखता ही नहीं है साडे पिंड तां है बोले कबूतर चढ़ते ने इक्का ता बड़ा वधिया करया ओए मेरे जवाई ने घर भी खुलवारे च लिया किन्ना खुला घर है जे मैं आपदे कबूतर ले आउंदा इत्थे तां पूरे तकड़े हो जांदे बाजी लाउण दा स्वाद ही आ जांदा फिर तां चल देखदे आं चल के फिर Bella
ਮੇਰਾ ਪੁੱਤ ਓਏ ਹੋ ਠੀਕ ਆ ਪੁੱਤ ਸਤਿ ਸ਼੍ਰੀ ਅਕਾਲ ਚਾਚਾ ਜੀ ਹਾਂ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਚੱਲ ਵਧੀਆ ਭਾਗੂ ਤਾਂ ਪਿੰਡ ਚੋਂ ਬਾਲੇ ਲਾਂਬੇ ਲਿਆਉਂਦਾ ਸੀ ਆ ਤਾਂ ਠੀਕ ਹੋ ਗਿਆ ਹੁਣ ਸੈੱਟ ਹੋ ਜੂਗਾ ਨਾਲੇ ਇਹ ਹਾਂਜੀ ਹੋਰ ਸੁਣਾਓ ਚਾਚੀ ਕਿਵੇਂ ਆ ਇਹ ਫਿਰ ਕੁੜੀ ਕੀ ਕਰਦੀ ਆ ਭਾਈ ਇਹ ਜੌਬ ਕਰਦੀ ਆ ਚਾਚਾ ਜੀ ਇਹ ਜੌਬ ਕੀ ਹੁੰਦਾ ਹੈ ਨੌਕਰੀ ਅੱਛਾ ਅੱਛਾ ਨੌਕਰੀ ਤੇ ਲੱਗੀ ਹੋਈ ਆ ਪੁਲਿਸ ਮਹਿਕਮੇ ਚ ਨੌਕਰੀ ਕਰਦੀ ਆ ਅੱਛਾ 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 ਉੱਥੇ ਚਾਹੇ ਫੇਰ ਤਾਂ ਠੀਕ ਆ ਭਾਈ ਪਾਣੀ ਪੀਓ ਲਿਆਓ ਲਿਆਓ ਭਾਈ ਲਿਆਓ ਲਿਆਓ ਹੋਰ ਸੁਣਾਓ ਫਸਲਾਂ ਕਿਵੇਂ ਆ ਖੇਤੀਬਾੜੀ ਸਾਰਾ ਵਧੀਆ ਮੇਰੀ ਬਾਜੀ ਦੀ ਤਾਂ ਨਾ ਬਸ ਪਿੰਡਾਂ ਦੇ ਵਿੱਚ ਐਂ ਬੱਲੇ ਬੱਲੇ ਹੋਈ ਪਈ ਹੈ ਆਲਿਆ ਕਹਿੰਦਾ ਇਹ ਤਾਂ ਬਾਜੀ ਇੰਨੀ ਘੈਂਟ ਲਾਉਂਦਾ ਮੈਂ ਤਾਂ ਸਾਰਾ ਦਿਨ ਬਾਜੀਆਂ 'ਤੇ ਰਹਿਣਾ ਆ ਤੇਰੇ ਭਾਪੇ ਦੀ ਗੱਲ ਦੇਖ ਲੈ ਉਹਦੇ ਕੋਲ ਤਾਂ ਜਮ੍ਹਾਂ ਟਾਈਮ ਨਹੀਂ ਹੈਗਾ ਔਰ ਤੇਰੇ ਬਿਨਾ ਬਾਲੇ ਵਧੀਆ ਬਾਲੇ ਵਧੀਆ ਮੈਂ ਫਿਰ ਬਾਕਾ ਤੂੰ ਤਿਆ ਨੈਣਾ ਦੇਵੀ ਮਾਤਾ ਦੇ ਹੋਰ ਉੱਥੇ ਵੀ ਬਾਜੀ ਸੀ ਹਿਮਾਚਲ ਚ ਹਾਂ ਉੱਥੇ ਫਿਰ ਮੈਂ ਭੋਗ ਲਿਆਇਆ ਲੈ ਹਾਂ ਖਾ ਲਾ ਖਾ ਲਾ ਜਿੱਤ ਗਏ ਤੇ ਪੱਪੇ ਬਾਬਾ ਜੀ ਬਾਜੀ ਤਾਂ ਮੈਂ ਜਿੱਥੇ ਜਾਂਦਾ ਆ ਮੰਜਲਾ ਪਟਿਆਲੇ ਵਗਿਆ ਬਠਿੰਡੇ ਵਗਿਆ ਅੱਜ ਤੱਕ ਕਿਤੇ ਨਹੀਂ ਹਾਰ ਕੇ ਆਇਆ ਬਸ ਜਿੱਤਦੇ ਹੀ ਆਇਆ ਜਿੱਤਦੇ ਹੀ ਆਇਆ ਕਾਲੀ ਕਬੂਤਰੀ ਕਿਵੇਂ ਆ ਕਾਲੀ ਕਬੂਤਰੀ ਬਹੁਤ ਵਧੀਆ ਬਹੁਤ ਯਾਦ ਕਰਦੀ ਆ ਤੈਨੂੰ ਨਾਲੇ ਤੂੰ ਚਾ ਮੈਂ ਤਾਂ ਐਂ ਕਹਿੰਦਾ ਸੀ ਜੇ ਮੈਂ ਕਬੂਤਰ ਜੇ ਉਰੇ ਲੈ ਆਉਂਦਾ ਹੈ ਨਾ ਬਾਲਾ ਵਧੀਆ ਹੋਣਾ ਤੂੰ ਉਰੇ ਤਾਂ ਲਿਆਉਂਦਾ ਮੈਂ ਵੀ ਉੱਥੇ ਖੁੱਡਾ ਪਾ ਦਿੰਦੇ ਆਪਾਂ ਹਾਂ ਹਾਂ ਕਿੰਨਾ ਵਧੀਆ ਲੱਗਦਾ ਉਰੇ ਤਾਂ ਬਹੁਤ ਤਕੜੇ ਹੋ ਜਾਂਦੇ ਪਾਪੇ ਹਾਂ ਸਾਰੇ ਵਧੀਆ ਹੈ ਤੈਨੂੰ ਸਾਰੇ ਪਿੰਡ ਦੇ ਯਾਦ ਕਰਦੇ ਨੇ ਵੀ ਉਹ ਕਦੋਂ ਮੁੜੂ ਕਦੋਂ ਮੁੜੂ ਕਦੋਂ ਮੁੜੂ ਹੁਣ ਨੀ ਬਾਪੇ ਹੁਣ ਤਾਂ ਮੇਰਾ ਉਰੇ ਜੀ ਲੱਗਣ ਲੱਗ ਗਿਆ ਮਹੀਨਾ ਤਾਂ ਮੈਂ ਵੀ ਉਰੇ ਰਹੂੰਗਾ ਹੁਣ ਹਾਂ ਹਾਂ ਦੋਨੇ ਰਹਾਂਗੇ ਜਦੋਂ ਪ੍ਰਾਹੁਣਾ ਆ ਗਿਆ ਉਦੋਂ ਜਾਊਂਗਾ ਮੈਂ ਕੁੜੀ ਕਹਿੰਦੀ ਸੀ ਵੀ ਮਹੀਨਾ ਡੇਢ ਮਹੀਨਾ ਲੱਗ ਜਾਂਦਾ ਹੁੰਦਾ ਲੱਗ ਜੂਗਾ ਹੁਣ ਤਾਂ ਮਸ਼ੀਨ ਤੇ ਗਿਆ ਹੋਇਆ ਨਾ ਹਾਂ ਹਾਂ ਸ਼ੁਕਰ ਹੈ ਮਾਸੜ ਜੀ ਤੁਸੀਂ ਆ ਗਏ ਮਜ਼ਾ ਸੁੱਖਾ ਸੁਖਦਾ ਦੀ ਮਾਸੜ ਜੀ ਘਰੇ ਕੋਈ ਸਿਆਣਾ ਬੰਦਾ ਆਵੇ ਬਹਿ ਜਾ ਕੋਈ ਨਾ ਹੋਰ ਦੱਸ ਪਰਾਉਣੇ ਆ ਫਿਰ ਵਧੀਆ ਵਧੀਆ ਮਾਸੜ ਜੀ ਪਾਸੀ ਠੀਕ ਹੈ ਐਨ ਵਧੀਆ ਸਾਰਾ ਪਰਿਵਾਰ ਬਾਗੋ ਬਾਗ ਹੈ ਮਾਰਦੀ ਅੱਠੋ ਅੱਠ ਐਨ ਹਾਂ ਹਾਂ ਓਏ ਖਰਚਾ ਜਾਂ ਗੱਲ ਕਰ ਲਈਏ ਕੋਈ ਬੰਦਾ ਭਾਈ ਬਾਟੀ ਚ ਪਾ ਕੇ ਲਿਆਉ ਚਾ ਹਾਂ ਤੇ ਆ ਪਰਾਉਣੇ ਆ ਫਿਰ ਕਿੱਧਰੋਂ ਆਇਆ ਹੁਣ ਤੂੰ ਮੈਂ ਤਾਂ ਮਾਸੜ ਜੀ ਉਰੇ ਕੰਡਾ ਕੱਢਣ ਗਏ ਕਿਸੇ ਦਾ ਮੋਟਰ ਤੇ ਓਏ ਆਪਦੀਆਂ ਹਰਕਤਾਂ ਤੋਂ ਬਾਜ ਨਾ ਹੀ ਤੂੰ ਦੇਖ ਲੈ ਉਹ ਕੰਡਾ ਨਹੀਂ ਹਾਂ ਪੈਰ ਤੇ ਕੰਡਾ ਵੱਜਿਆ ਪਹਾੜੀ ਸਕੂਲ ਦਾ ਅੱਛਾ ਅੱਛਾ ਮੈਨੂੰ ਤਜਰਬਾ ਕੰਡਾ ਕੱਢਣ ਦਾ ਮੈਂ ਕਰਤਾ ਫੋਰੇ ਚ ਚੱਲ ਇਹ ਤਾਂ ਗੱਲ ਠੀਕ ਹੈ ਤੇਰੀ ਪੀਓ ਚਾਹ ਪਾਣੀ ਪੀਓ ਲੈ ਚਾਹ ਲੈ
ਆ ਕੁੜੀਆਂ ਨੇ ਉਹੀ ਚਮਚਾ ਜਾਂ ਧਰਤਾ ਵਿੱਚ ਹੈ ਇੱਧਰ ਛੱਡ ਦੇ ਬਾਪੂ ਨੂੰ ਹਾਂ ਇਹਦੀ ਕੀ ਲੋੜ ਸੀ ਕਿ ਦੱਸ ਆ ਪੀਓ ਪੀਓ ਚਾਹ ਤੁਸੀਂ ਪੀਓ ਲੈ ਖਾ ਲੈ ਪੁੱਤ ਆ ਤੁਸੀਂ ਵੀ ਖਾਓ ਜੀ ਖਾਓ ਖਾ ਲਓ ਕੋਈ ਨਾ ਚਾਚਾ ਜੀ ਰੋਟੀ ਬਣਾਉਣੀ ਹੈ ਮੈਂ ਤੁਹਾਡੇ ਵਾਸਤੇ ਬਣਾ ਪੁੱਤ ਬਣਾ ਲੈ ਕੋਈ ਨਾ ਹਾਂ ਖਾ ਪੁੱਤ ਪਪੇ ਗੁਰਦੀਪ ਕਿਵੇਂ ਆ ਹੂੰ ਤੇਰਾ ਆਲੀ ਹਾਂ ਉਹ ਨਾ ਬਾਲਾ ਬੰਗਿਆ ਸਾਰਾ ਦਿਨ ਪਿੰਡ ਚ ਬੱਚਾ ਇੰਨਾ ਤਾਂ ਕਰਦਾ ਫਿਰੀ ਜਾਂਦਾ ਮੈਂ ਮਾਸਰ ਜੀ ਆ ਵੀ ਚਾਹ ਸੁਣੂ ਇਹ ਪਾ ਦੇਣਾ ਮੈਂ ਪਾ ਜਾ ਪੁੱਤ ਪਾ ਦੇ ਹੋਰ ਤੁਹਾਡੀ ਮਹਾ ਭੁੱਖੇ ਲੱਗਦੇ ਤੁਸੀਂ ਖਾਸੇ ਟਾਈਮ ਦੇ ਖਾ ਲਓ ਤੁਸੀਂ ਵੀ ਖਾ ਲਓ ਨਾ ਖਾਓ ਖਾਓ ਤੁਸੀਂ ਕੋਈ ਨਾ ਕੋਈ ਕਿਸੇ ਨੂੰ ਖਾ ਲੈ ਬਾਪੇ ਮੈਂ ਤਾਂ ਰੋਜ਼ ਹੀ ਖਾਣਾ ਹੂੰ ਰੋਜ਼ ਹੀ ਖਾਣਾ ਮੈਂ ਤਾਂ ਇਹ ਤਾਂ ਬਾਲਾ ਸਵਾਦ ਨਾ ਹੂੰ ਲੰਬੇ ਸਫ਼ਰ ਤੋਂ ਲੱਗਦੇ ਹੋ ਮਾਸੜ ਜੀ ਆਏ ਹੈਗੇ ਤੋਂ ਹੈ ਮਖਾ ਮੈਂ ਨਾਣਾ ਦੇਵੀ ਗਿਆ ਜਦੋਂ ਨਾਣਾ ਦੇਵੀ ਤੋਂ ਆਇਆ ਬਾਜੀ ਜਿੱਤਣ ਗਿਆ ਸੀ ਹਿਮਾਚਲ 'ਚ ਬਾਜੀ ਸੀ ਹਿਮਾਚਲ 'ਚ ਜਦੋਂ ਬਾਜੀ ਜਿੱਤ ਕੇ ਆਇਆ ਉਹਦੀ ਤੇਰੇ ਵਾਲੇ ਭਾਈ ਦਾ ਫੋਨ ਆ ਗਿਆ ਸਾਡੇ ਜਮਾਈ ਦਾ ਮੈਂ ਤਾਂ ਉਹਨੇ ਵਾਰੀ ਵਾਪਸ ਆ ਗਿਆ ਕੁਛ ਨਹੀਂ ਖਾਧਾ ਪੀਤਾ ਘਰੇ ਮਾਸੜ ਜੀ ਮੈਨੂੰ ਐਂ ਦੱਸੋ ਵੀ ਸਾਰਾ ਪਰਿਵਾਰ ਇਹ ਆਪਣਾ ਐਂ ਹੈ ਕਿ ਮਾੜਾ ਮੋਟਾ ਕੋਈ ਨਾ ਸਾਰੇ ਸਾਡੇ ਤਾਂ ਪਿੰਡ 'ਚ ਮੰਨਦੇ ਨੇਗੇ ਸਾਨੂੰ ਸਿਆਣੇ ਹੋ ਮਤਲਬ ਹਾਂ ਠੀਕ ਹੈ ਖਾ ਲਓ ਭਾਈ ਓਏ ਖਾਸ ਖਾ ਤਾਂ ਲੈਂਦੇ ਓਏ ਕੋਣ ਹੈ ਜੱਜ ਬਾਪਾ ਮੇਰਾ ਹੰਦਾ ਯਾਰ ਇੱਕ ਕੁੱਤ ਨਹੀਂ ਕੱਟਦੀ ਦੂਜਾ ਆ ਗਿਆ ਚਲ ਕੋਈ ਨਾ ਓਏ ਕੋਈ ਤਾਂ ਇਹ ਜਵਾਨ ਆ ਫਿਸਲ ਜਾਂਦੀ ਆ ਕੋਈ ਗੱਲ ਨਹੀਂ ਖਾ ਲਓ ਪੁੱਤਾ ਪਾਪੇ ਤੈਨੂੰ ਸਮੋ ਹੋ ਪਵਾ ਕੇ ਲਊਂਗਾ ਮੈਂ ਮਿੱਠੇ ਸਮੋਸੇ ਹਾਂ ਅੱਜ ਹੀ ਕਰ ਦੇ ਨਾਲ ਚੱਲੀ ਕੋਈ ਚਾਹੀ ਨਾ ਬਾਬੇ ਪਿੰਡ ਮੇਰੇ ਨਾਲ ਹੀ ਰਿਹਾ ਕਰ ਤੂੰ ਹੁਣ ਉਹ ਪੁੱਤ ਝੂਠੇ ਆ ਪੂਰਾ ਮਹੀਨਾ ਤੇਰੇ ਕੋਲ ਹੀ ਆ ਦੇਖਦਾ ਜਾ ਤੂੰ ਮੂੰਹ ਹਾਲ ਕਰ ਲੈ ਬਾਬੇ ਓ ਹਾਂ ਕੁੜੀਆਂ ਕਿੰਨੇ ਵੀ ਖਾਈ ਲੈ ਬਾਬੇ ਆਪੋ ਖਾ ਲੈ ਚਾਹ ਚ ਡਬੋ ਕੇ ਖਾ ਕੇ ਦੇਖ ਬਹੁਤ ਸਵਾਦ ਆਉਂਦਾ ਉੱਥੇ ਅਸੀਂ ਜਦੋਂ ਕਲੇ ਕੇਲੇ ਦੇ ਕੇ ਗਏ ਮੈਂ ਤਾਂ ਫਿਰ ਚਾਹ ਚਾਹ ਡਬੋ ਡਬੋ ਕੇ ਖਾਂਦੇ ਓਹ ਹੋ 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 ਕਿਹੜਾ ਬੇੜਾ ਤੀ ਉਹ ਜਿਹੜਾ ਵੇਲੇ ਮੈਂ ਕਹਿਤਾ ਵੀ ਤੂੰ ਤੇਰੇ ਪਿਓ ਨੂੰ ਬੁਲਾ ਲਾ ਓਏ ਚੱਲੀਏ ਜੀ ਆਪਾਂ ਭੈਣ ਮਰਾਵੇ ਕਿਤੇ ਜਾਣ ਦਾ ਸਿਆਪਾ ਕਿਤੇ ਨਹੀਂ ਜਾ ਹੁੰਦਾ ਮੇਰੇ ਤੋਂ ਮੇਰੇ ਸਲੀ ਦੀਆਂ ਮੈਨੂੰ ਤਾਂ ਚੱਕਰ ਆਈ ਜਾਂਦੇ ਨੇ ਬਲੱਡ ਮੇਰਾ ਘੱਟ ਗਿਆ ਭੈਣ ਇੱਥੇ ਹੁਣ ਬਲੱਡ ਨੂੰ ਕੀ ਹੋ ਗਿਆ ਤੁਹਾਡੇ ਨੂੰ ਉਹ ਇੱਕ ਕੰਜਰ ਦਾ ਇੱਕ ਕੂਤ ਘੱਟਤੀ ਜਿਹੜਾ ਦੂਜਾ ਆ ਗਿਆ ਆ ਜੱਸੀ ਦਾ ਇਹਦਾ ਸਹੁਰਾ ਜੱਸੀ ਦਾ ਤੂਤੇ ਦਾ ਬਾਪ ਮੈਨੂੰ ਤਾਂ ਤੁਹਾਡੀ ਸਮਝ ਨਹੀਂ ਆਉਂਦੀ ਇਹਨਾਂ ਦੇ ਖਾਨਦਾਨ 'ਚ ਇਹੋ ਜਿਹੇ ਨੇ ਮੈਨੂੰ ਤਾਂ ਲੱਗਦਾ ਖਾਨਦਾਨੇ ਬੋਲਿਆਂ ਦਾ ਤਾਂ ਭੈਣ ਦੇ ਖਸਮਾਂ ਦਾ ਚੋ ਦਾ ਮੁੱਠੀਆਂ ਭਰ ਭਰ ਭੁਜਿਆ ਖਾਣ ਲੱਗ ਰਿਹਾ ਉਹ ਬਿਸਕੁਟ ਭੈਣ ਦਾ ਫੱਕੇ ਮਾਰ ਮਾਰ ਖਾਣ ਲੱਗ ਰਿਹਾ ਚਾਹ 'ਚ ਭੈਣ ਦਾ ਕੇਲੇ ਡਬੋ ਡਬੋ ਖਾਈ ਜਾਂਦਾ ਕੇਲੇ ਉਹ ਵੀ ਚਾਹ 'ਚ ਕਿਹੜਾ ਵੇਲਾ ਤੀ ਉਹ ਜਿਹੜੇ ਵੇਲੇ ਮੈਂ ਕਹਿਤਾ ਵੀ ਤੇਰੇ ਸਹੁਰੇ ਨੂੰ ਬੁਲਾ ਲਾ ਓਏ ਤੁਸੀਂ ਇੱਦਾਂ ਕਰੋ ਮੈਂ ਪੈਕਿੰਗ ਕਰ ਲਈ ਆ ਤੇ ਆਪਾਂ ਚੱਲਦੇ ਹਾਂ ਸ਼ਿਮਲੇ ਤੁਸੀਂ ਹਰ ਵਾਰ ਕਹਿ ਦਿੰਦੇ ਹੋ ਟਾਲ ਦਿੰਦੇ ਆਹੋ ਤੂੰ ਸ਼ਿਮਲੇ ਪਾ ਗਿਆ ਲੈ ਕੇ ਮੈਨੂੰ ਇੱਥੇ ਭੈਣ ਦਾ ਇਹ ਮਿੱਠੂ ਕੁਵਾਲੀ ਨੂੰ ਸਾਰਾ ਸਮਾਨ ਵੇਚ ਦੇਣਗੇ ਇਹਦੇ ਸਿਰ ਤੋਂ ਛੱਡ ਕੇ ਜਾਵੇਂ ਜੀ ਬੋਲੇ ਦੇ ਹੈ ਤੇ ਇੱਟਾਂ ਵੇਚ ਦੇਣਗੇ ਇੱਟਾਂ ਸਾਰੇ ਘਰ ਦੀਆਂ ਇਹ ਹੁਣ ਤਾਂ ਭੈਣ ਦੇ ਖਸਮ ਦੇ ਤੇ ਪੈਰਾਂ ਰੱਖਣਾ ਪਊ ਨਾ ਤੇ ਫਿਰ ਜਿੰਨਾ ਨਾਮ ਜੱਸਾ ਨਹੀਂ ਆਉਂਦਾ ਹੈਗਾ ਫਿਰ ਮੈਂ ਮਰ ਜਾਂਦੀ ਹਾਂ ਮਰ ਜਾਂਦੀ ਨਾਲੇ ਹੋਰ ਭੈਣ ਦੇ ਖਸਮ ਦਾ ਇੱਕ ਸਿਆਪਾ ਨਿਕਲਦਾ ਨਹੀਂ ਦੂਜਾ ਆ ਪੜਦਾ ਆਪਾਂ ਨਾ ਮਹੀਨਾ ਕੁ ਬਾਹਰ ਲਾ ਕੇ ਆਉਂਦੇ ਹਾਂ ਠੀਕ ਹੈ ਆਪਣਾ ਮਾਇੰਡ ਫਰੈਸ਼ ਹੋ ਜਾਏਗਾ ਓਏ ਫਰੈਸ਼ ਕਰਦੀ ਕਰਦੀ ਇੱਥੇ ਘਰੇ ਫਰੈਸ਼ ਕਰ ਦੇਣਗੇ ਇਹ ਭੈਣ ਦੇ ਖਸਮ ਇਹੋ ਜਿਹੇ ਨੇ ਇਹ ਬੋਲੇ ਇਹ ਪਾਣੀ ਦਾ ਗਲਾਸ ਲਿਆ ਕੇ ਮੈਨੂੰ ਚੱਕਰ ਆਉਣ ਲੱਗ ਮੇਰੇ ਵਾਰੀ ਤਾਂ ਤੁਹਾਨੂੰ ਆਹੀ ਆਉਂਦਾ ਹੈ ਕਰਨਾ ਪ੍ਰਾਹੁਣੇ ਨੇ ਤੇਰੀ ਕਸ਼ਟ ਕਰਾਤੀ ਪਾਪਾ ਕਿੱਥੇ ਕਰਾਉਂਦਾ ਲਾਰੇ ਜੇ ਲਈ ਜਾਂਦਾ ਤੂੰ ਕਹਿ ਕੇ ਜਾਈ ਬਾਪੇ ਨੂੰ ਲੈ ਮੈਂ ਤਾਂ ਛੋੜ ਕੇ ਕਹੂੰਗਾ ਵੀ ਭੁੱਪੇ ਦੀ ਨਾਲੇ ਭੁੱਪਿਆ ਪਤਾ ਮੈਂ ਤਾਂ ਪਿੰਡ 'ਚ ਗਾਹ ਪਾਤਾ ਵੀ ਮੇਰੇ ਭੁੱਪੇ ਦੀ ਕਸ਼ਟ ਆ ਰਹੀ ਅੱਠ ਗਾਣਿਆਂ ਦੀ ਇਕੱਠੀ ਆਉਂਦਾ ਨਹੀਂ ਬਾਪੂ ਲਾਰੇ ਅੱਛਾ ਚੰਗਾ ਮਾਸੜ ਜੀ ਤੁਸੀਂ ਬੈਠੇ ਹੋਏ ਨੇ ਕਰੋ ਆਰਾਮ ਰੂਮ ਹੈ ਮੈਂ ਇਹਨੇ ਦੇਖਿਆ ਵਾ ਮਰਜੀ ਲਾਈਟ ਟੂਟ ਆਈ ਹੈ ਕਾਈ ਨਹੀਂ ਛੱਡਿਆਂਗਾ ਲਾਇਆਂਗਾ ਸੱਚ ਫੇਰਾ ਓਏ ਪ੍ਰਾਹੁਣਿਆ ਮੈਂ ਉਹਰੇ ਦੱਸ ਕੀ ਕਰੂੰਗਾ ਵਿਹਲਾ ਉਹ ਕੁੜੀਆਂ ਰੋਟੀ ਲਾ ਰਹੀਆਂ ਨੇ ਮੈਂ ਤੇਰੇ ਨਾਲ ਖੇਤ ਹੀ ਚੱਲਦਾ ਮਾਸੜ ਜੀ ਤੁਸੀਂ ਆਰਾਮ ਕਰੋ ਇੱਥੇ ਹੈ
ਸਿਖਰ ਦੁਪਹਿਰਾ ਹੋਇਆ ਪਿਆ ਕਿਉਂ ਟੂਹਾ ਮਚਾਉਣੇ ਭਲਾ ਮੈਂ ਤਾਂ ਚੱਲ ਜਾਊਂਗੀ ਜਾਊਂਗਾ ਏਡੀ ਦੂਰ ਓਏ ਕਿਹੜਾ ਆਰਾਮ ਸਾਰਾ ਦਿਨ ਮੈਂ ਹੀ ਤੁਰਿਆ ਫਿਰਦਾ ਰਹਿਣਾ ਨਾਲੇ ਮੇਰੀ ਗੱਲ ਸੁਣ ਲੈ ਜੇ ਮੈਂ ਭਲਾ ਤੇਰੇ ਨਾਲ ਖੇਤ ਜਾਊਂ ਕਣਕ ਬਾੜੀ ਦਾ ਦੇਖ ਲੂੰਗਾ ਹੈ ਵੀ ਚਾਨਣੀ ਚੂਨਣੀ ਤਾਂ ਨਹੀਂ ਮਾਰੀ ਕਣਕ ਨੂੰ ਨਾਲੇ ਗੁੱਲੀ ਡੰਡੇ ਦਾ ਇੰਤਜ਼ਾਮ ਮੈਨੂੰ ਸਾਰਾ ਪਤਾ ਕਿਉਂਕਿ ਮੈਂ ਜੂਨੀ ਬਰਾਸਟੇ ਜਾਂਦਾ ਰਿਹਾ ਕਬੂਤਰ ਦੀ ਬਾਜੀ ਲੈ ਕੇ ਅੱਛਾ ਜੀ ਹਾਂ ਹਾਂ ਆ ਜਾਓ ਫਿਰ ਮਾਸੜ ਜੀ ਨਾਲੇ ਹਾਂ ਚੱਲ ਚੱਲ मेरी मैं तेन आए कहंदा थी छोटी उम्र दी लग जाए मासड़ जी चिट्टे वाल नजले दिखाम करके आई ने माड़े मोटे है अजकल पानी खाना दाना शुद्ध नहीं है ये तो गल है हाँ मेरी भी देख ला दाड़ी चिट्टी हो गई नाले जदों न्याणी उम्र ना ब्याह हुंदा बंदा जवान हो जांदा कहिंदे सोहणी वाली हैगी भाभी अच्छा 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 तेरी भैण लगदी आ ओए ਭਾਬੀ ਲੱਗਦੀ ਆ ਮਾਸੜਾ ਇਹਨੂੰ ਕਹਿ ਮਾੜਾ ਮੋਟਾ ਸਮਝਾ ਰਿਸ਼ਤੇਦਾਰੀਆਂ 'ਚ ਫਰਕ ਪਾਈ ਜਾਂਦਾ ਹੈ ਓ ਚੱਲ ਕੋਈ ਨਾ ਪਿਆਰੀ ਆ ਪਰਾਉਣੇ ਆ ਭਾਬੀ ਕਹਤਾ ਕਿ ਭੈਣ ਕਹਤਾ ਭਾਬੀ ਕਹਦਾ ਓਏ ਆਹਾ ਪਰਾਉਣੇ ਆ ਕਹਤਾ ਬਹੁਤ ਵਧੀਆ 100 ਰੁਪਈਆ ਤੇਰੀ ਹੈ ਹਾਂ ਬਹੁਤ ਵਧੀਆ ਹਾ ਹਾ ਅੱਛਾ ਰੇ ਸਪਰੇ ਫੁੱਲ ਕਰਿਆ ਹੋਇਆ ਲੱਗਦਾ ਵੇਖ ਭਲਾ ਚਾਨਣੀ ਜਿੰਨੀ ਨਹੀਂ ਮਾਰੀ ਪਤਾ ਲੱਗੇ ਵੀ ਤੂੰ ਡਾਕਟਰ ਹੈ ਕੀ ਹੈ ਨਾ ਨਾ ਇਹ ਤਾਂ ਬਹੁਤ ਵਧੀਆ ਹੈਣ ਸਿਰੇ ਦੀ ਅੱਛਾ ਹਾਂ ਹਾਂ गोडे चुख देने तू त्या कबूतर नहीं फिर देख लगती भेला कबूतर है इधर पास देख चिट्टा जा तू ते तू ते लाइट लूट भजी कबूतर का शौकी है साढ़े 800 कबूतर है मैं जिथे भी जाना बाजी जिथे क्या शेरा1,20,000 छापिया तो मेनू दस दंदा ना तू मैं सारे कबूतर इथे ले आउंदा कल नू हैगी परसों हजे तां बाबे पिया एक दिन फिर उरे कबूतर नहीं है किसी दे सिर कबूतर लेना ही तुम दवा दिना की तू दवाएगा वो बाबा नहीं है जड़ा जिदे को तू DVD लैन गया थी कबूतर ने मुंडा बाजियां लाउंदा है जी ना पापे उन्हें देना नहीं यार मैनूं DVD भी नहीं दित्ती हैगी ओए देऊगा ओदे लवे लाल रत्ता कबूतर है जी लाल रत्ता लाल सिर वाला लाल सिर वाला लाल रत्ता ही कहंदे ने ओनू कबूतर बहुत सिर है जी ओए ओ तां लै ओ तां बाजी जित्ती लै तू मैनूं कबूतर दवा के लिया पैसे गल कर लियो तो असल दे दू अच्छा तुसी माड़े जे हाड़े कट दो सियाने बंदे चल चल पुत फिर आप ਬਾਜੀ ਜਿੱਤ ਕੇ ਹਟਾਂਗੇ ਕਬੂਤਰ ਬਹੁਤ ਟੌਪ ਦਾ ਜੀ ਉਹਦੇ ਲਵੇ ਪਰ ਬਾਜੀ ਦਾ ਪਰਸ ਨੂੰ ਤੁਸੀਂ ਉਹਨੂੰ ਖਰਾਕ ਰੂਕ ਕਿਵੇਂ ਦੇਵੋਗੇ ਇੱਕ ਦਿਨ ਚ ਤਿਆਰ ਕਰ ਦੂਗਾ ਮੇਰੇ ਬਾਪੇ ਨੇ ਕਲਾ ਪਤਾ ਕਿੰਨੀ ਆ ਕਿਵੇਂ ਮੈਨੂੰ ਤਾਂ ਜੇ ਰਾਹ ਰਸਤੇ ਦਾ ਤੂੰ ਬੱਚਾ ਵੀ ਦਵਾ ਦੇ ਮੈਂ ਆਖਾ 10 ਕ ਦਿਨਾਂ ਚ ਮੈਂ ਤੁਹਾਨੂੰ ਰੇਲ ਪੜਾ ਦੂਗਾ ਅੱਬਲੇ ਤਾਂ ਮੈਂ ਜੇ ਰਾਤ ਰਾਤ ਨੂੰ ਬਦਾਮ ਖਵਾਤੇ ਤੜਕੇ ਨੂੰ ਬਾਜੀ ਲਾਉਣ ਲਾ ਦੂ ਬੱਚਾ ਬੁੱਚਾ ਨਹੀਂ ਹੈਗਾ ਜੀ ਉਹਦਾ ਪੂਰਾ ਪੜਿਆ ਹੋਇਆ ਕਬੂਤਰ ਹੈ ਲਾਲ ਸਿਰ ਵਾਲਾ ਨਾਲ ਪਾਣੀ ਦਿੰਦਾ ਨਲਕੀਆਂ ਨਾਲ ਲਾਲ ਸਿਰ ਵਾਲਾ ਕਬੂਤਰ ਹੈ ਨਾਲੇ ਉਹ ਤਾਂ ਸਹੀ ਗੱਲ ਹੈ ਉਹ ਕਬੂਤਰ ਬਹੁਤ ਚਾਵਲਾ ਕਿੱਥੇ ਹੋਊਗਾ ਉਹ ਕਰੇਊ ਕਰੇ ਨਹੀਂ ਉਹਦੇ ਖੇਤ ਹੁੰਦਾ ਉਹ ਕੱਖਾ ਲੈ ਕੱਖ ਲੈਣਾ ਆਇਆ ਹੂਆ ਟਾਈਮ ਤਾਂ ਹੈ ਹਾਂ ਅੱਜ ਲੈਟ ਚੱਲਦੀ ਹੈ ਉਹ ਕਿੱਥੇ ਲੰਘ ਨਾ ਜਾਵੇ ਉਹ ਲੰਘ ਨਾ ਜਾਵੇ ਉਹ ਮੇਰਾ ਨਾਂ ਨਾ ਲਈ ਤੇਰਾ ਹੌਲੀ ਦੇਈਂ ਘੜਾ ਤੁਮ ਕਬੂਤਰ ਉਹ ਲਾ
खेत चंगा फिर छे महीने बाद आके मरवाना थी मेनू इत खुल बाले च बैठे आपा है कोई नी आंदा उई ना डरी जा कोई ना मैं छड दे कख वे मरने मैं आप ही बढ़ लूंगी ਹੋਰ ਫਰਾ ਹੈ ਵੇ ਕਿਤੇ ਉਹ ਤਾਂ ਨਹੀਂ ਆਉਂਦਾ ਜੱਸਾ ਕਿਤੇ ਮਰਨਾ ਉਹ ਤਾਂ ਬਾਲਾ ਹੀ ਤੇਜ ਹੈ ਹੈ ਕੀ ਕਹਤਾ ਹੁਣੇ ਤੂੰ ਮੇਰੀ ਗੱਲ ਸੁਣ ਮੈਂ ਉਹਨਾਂ ਦੇ ਖੇਤੋਂ ਇੱਕ ਵਾਰੀ ਗਾਜਰਾਂ ਵੱਢ ਕੇ ਲੈ ਗਈਤੀ ਅੱਛਾ ਤੇ ਮਰਨੇ ਨੇ ਸਾਰੇ ਪਿੰਡ 'ਚ ਗੱਲ ਡਾਤੀ ਕੀ ਕਹਦਾ ਕਹਿੰਦਾ ਇਹ ਤਾਂ ਭਾਗੂ ਤੇ ਵੀਰੇ ਕੋਲੇ ਜਾਂਦੀ ਹੈ ਤਾਂ ਮਰਾ ਸਾਲਾ ਹੀ ਮਰਦਾ ਆਈ ਉਹਦਾ ਜਾਣਾ ਤਾਂ ਨਹੀਂ ਮਾਦਾ ਮਿਲਦਾ ਇੱਕ ਉਹ ਹੋਇਆ ਮਰਾ ਸਾਲਾ ਇੱਕ ਵਾਰ ਸਾਲਾ ਮਿੰਦਾ ਦੇਖ ਕੇ ਨਹੀਂ ਜਰਦੇ ਮਿੰਦਾ ਬਦਨਾਮੀ ਕਰਾ ਰੱਖਿਆ ਪਿੰਡ ਚੰਨਾ ਨੇ ਉਹ ਲਾਲ ਜੀ ਪੱਗ ਵਾਲਾ ਆਹੋ ਉਹਦੀ ਗੱਲ ਵੀ ਸੁਣਾਵਾ ਮਰਨੇ ਦੀ ਲੱਟੇ ਜਾਣੇ ਦੀ ਬੇ ਮੈਂ ਇੱਥੇ ਸਵਿੱਤਰੀ ਇੱਕ ਦਿਨ ਹਾਂ ਜੰਗਲ ਪਾਣੀ ਜਾਂਦੀਆਂ ਸੀ ਹਾਂ ਮਰਨਾ ਮਗਰ ਸਾਈਕਲ ਲੈ ਕੇ ਆ ਗਿਆ ਹਾਂ ਦੇਖ ਤਾਂ ਸਹੀ ਮਾਇ ਤਾਂ ਲਾਲੀ ਚਪਲੀ ਮਾ ਆ ਜਾ ਮੈਂ ਪਿਓ ਦੇ ਲੱਗ ਗਿਆ ਵੇਖਾ ਮਾਰੀ ਨਹੀਂ ਮੈਂ ਤਾਂ ਪੈ ਗਈ ਮਗਰ ਪਿਓ ਦਾ ਲੱਗਦਾ ਮਖਿਆ ਫਿਰ ਨਾਲੇ ਖੜਿਆ ਨਹੀਂ ਹੋਣਾ ਨਾਲੇ ਖੜਿਆ ਨਹੀਂ ਪੰਜ ਗਿਆ ਭਾਈ ਮਾਰ ਟੇ ਜਾਣਾ ਮੋਕ ਮਾਰ ਜਾਂਦਾ ਜੀ ਦੀ ਹੈ ਹੈ ਨਹੀਂ ਚਰਨ ਨੂੰ ਦੇਖ ਲਾ ਜਦੋਂ ਦਾ ਤੇਰਾ ਚੂੜਾ ਆ ਉਤਰਿਆ ਨਾ ਮਸਾ ਭਾਇਆ ਦਾ ਉਧਰ ਹੀ ਪਿਆ ਸੀ ਤੈਨੂੰ ਦੇਖਣ ਕਰੀ ਉਹ ਹੈ ਮੈਂ ਤਾਂ ਪੂਰੀ ਤਸਰੀ ਤੇ ਤੇਰੇ ਬਿਨਾ ਹੋਰ ਆ ਇੱਕ ਭਾਇਆ ਦਾ ਕੀ ਖਰਾ ਮੇਰੇ ਸਾਲੇ ਚੱਕਰ ਜੇ ਬਾਲੇ ਪੈ ਗਏ ਓ ਕੰਬੀ ਕਿਉਂ ਜਾਣਾ ਤੂੰ ਤਾਂ ਜਮੇ ਨਹੀਂ ਡਰਦਾ ਹੁੰਦਾ ਤੀ ਅੱਜ ਬਾਲੇ ਕੰਬਣ ਲੱਗ ਰਹੇ ਭਾਇਆ ਦਾ ਕੇ ਜੇ ਬਾਲੇ ਪੈ ਗਏ ਮੇਰੇ ਤੇ ਕੀ ਦੱਸਾਂ ਤੈਨੂੰ ਹੋਣਾ ਡਰ ਲੱਗਦਾ ਜੇ ਕਿਸੇ ਨੇ ਦੇਖ ਲਿਆ ਮੇ ਪਿੰਡ 'ਚ ਫੇਰ ਰੌਲਾ ਪਾ ਦੇਣਗੇ ਮੇਰਾ ਬਦਨਾਮੀ ਕਰਾ ਗਿਆ ਪਾਗੂ ਦੇ ਮੇਰੇ ਤਾਹੀ ਨੇ ਮੈਂ ਤੈਨੂੰ ਦੇਖਿਆ ਇੰਨਾ ਟਾਈਮ ਨਾਲੇ ਤੈਨੂੰ ਮੈਂ ਦੱਸਦਾ ਅੱਜ ਜਦੋਂ ਤੇਰਾ ਵਰਤ ਜਾ ਖਲਾਉਣ ਆਇਆ ਦੀ ਮੈਂ ਉਹ ਭਾਇਆ ਦਾ ਪਿੰਡ ਵਾਲਿਆਂ ਨੇ ਮੈਨੂੰ ਦੇਖ ਲਿਆ ਮੈਂ ਉਦੋਂ ਦਾ ਦਿਲ 'ਚ ਡਰ ਜਾ ਬੈਠਾ ਪਾ ਕੇ ਤੇ ਮੇਰੇ ਸਾਲੇ ਉਈ ਕਿਤੇ ਹੈ ਬਈ ਚੱਲ ਉਈ ਨਾ ਡਰਿਆ ਕਰ ਐਡੀ ਗੱਲ ਤੋਂ ਵਰਤਾਵ ਸੀ ਹੁਣ ਤਾਂ ਮੂੰਹ ਨੀ ਲਾਉਂਦਾ ਹੈ ਮੈਂ ਘਰੇ ਜਾਂਦਾ ਮੈਨੂੰ ਕਹਿੰਦਾ ਅਖੇ ਮੇਰੇ ਘਰੇ ਨਾ ਆਇਆ ਕਰ ਭਾਈ ਮੇਰੇ ਰਸੋਈ ਗਣੀ ਦੇਖਦਾ ਤੂੰ ਲੈ ਤੇ ਤੂੰ ਘੱਟ ਸੀ ਕਹਿੰਦੇ ਹਾਂ ਤੂੰ ਘੱਟ ਤੂੰ ਹੀ ਦਾ ਮੈਂ ਇਹੋ ਜਿਹਾ ਬੰਦਾ ਹੈ ਨਾਲੇ ਮਦਾ ਚਰਨੋਂ ਤੋਂ ਬਿਨਾ ਉਹ ਨਹੀਂ ਜਾਂਦਾ ਕਿਸੇ ਆਉਂਦਾ ਮਰਾ ਸਾਲਾ ਤੂੰ ਨਾ ਮੈਨੂੰ ਵੀ ਮਰਵਾਏਗਾ ਮੈਂ ਆਪੇ ਫੜਾ ਜੂ ਕੱਖ ਕੁੱਖ ਜੇ ਲੈ ਕੇ ਤੇਰੇ ਤੂੰ ਲੰਘ ਇੱਥੋਂ ਮੈਂ ਆਪੇ ਵੜ ਦੂ ਜਾਂ ਭੱਜ ਜਾ ਵੀ ਹੋਰ ਨਾ ਮੇਰੇ ਛਤਰਾ ਵਾਲ ਪਰਵਾ ਦੀ ਲੰਘ ਜਾ ਕਿਤੇ ਫੇਰ ਚੂੜਾ ਤੜਾ ਲੈ ਤੂੰ ਜਾ ਉਹ ਕੋਈ ਨਹੀਂ ਭਾਗੂਆ ਆ ਜਾ ਜਵਾਕ ਜਾ ਰਿਹਾ ਸਕੂਲੋਂ ਨੂੰ ਚਾਹ ਕਰਕੇ ਦੇਣੀ ਹੈ ਨਾ 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 ਕਹੇ ਜਾ ਗੱਲਾਂ ਬੋਲਾ ਪਾਪਾ ਸਾੜ ਤੇ ਕੰਮ ਜੇ ਬੋਲਾ ਹੈ ਉਹ ਕੰਮ ਆ ਗਈ ਤੀ ਸਾਗ ਲੈਣ ਆਈ ਤੀ ਕਾਣੂ ਦੇਣੇ ਨੇ ਭਾਗੂਆ ਮੈਂ ਲੈ ਕੇ ਜਾਂਦਾ ਭੈਣ ਦੀ ਬਸੜੀ ਜੀ ਭੁੱਖੀ ਬੈਠੀ ਆ ਘਰੇ ਉਹ ਭਾਣ ਦਾ ਜਵਾਕ ਜਾ ਆਇਆ ਨੀ ਵੱਢਣ ਮਾ ਜਦ ਮੈਂ ਵੱਢ ਲਿਆਉਣਾ ਰੱਬ ਦਾ ਭਾਣ ਦਾ ਕੋਈ ਦਾ ਸਿਆਣਾ ਬੰਦਾ ਆ ਮਰਾ ਸਾਲਾ ਉਹਨੂੰ ਮੱਤ ਦਊਗਾ ਬਾੜੀ ਮੋਟੀ ਆ ਲਾਊ ਸਿੱਧੇ ਰਾਹ ਭੈਣ ਦਾ ਕੱਚਾ ਸਿਆਣਾ ਬੰਦਾ ਮਰਾ ਸਾਲਾ ਉਦੋਂ ਵੱਡਾ ਊਤਾ ਹੋ ਸਾਊਗਾ ਹੋਰ ਫਿਰ ਬਾਈ ਕਸੂਰ ਤੂੰ ਤੇ ਧਾਰੀ ਨੁਕਸ ਦਾ ਭੈਣ ਦਾ ਉਹਦੇ ਪਿਓ ਚ ਹੈ ਹਾਏ ਖੇਤ ਦਿਖਾਉਣ ਆਇਆ ਦੀ ਕੰਜਰ ਦੇ ਪਤਾ ਨਹੀਂ ਕਿੱਧਰ ਬੌਂਦਰ ਕਿੱਧਰ ਰੁੜ ਗਏ ਆਇਆ ਸਰੋਂ ਵੱਡੀ ਵੱਡੀ ਹਰ ਦੀਨੇ ਨਹੀਂ ਹੈਗੇ ਮੈਂ ਕਹਿਣਾ ਮਹਾ ਚੱਲੀ ਆਪਾਂ ਨਾਲ ਤਾਂ ਛੱਟ ਛੱਟ ਲਾਉਣੇ ਆ ਕੱਢੀ ਪਈ ਹੈ ਹੈ ਹਾਂ ਨਾਲੇ ਕੀ ਕਰਦੇ ਆ ਹੱਲ ਫੱਲ ਮੋਟਰ ਦੇ ਕੋਈ ਆ ਜਾ ਕੱਖ ਜੇ ਫਿਰ ਬਾਅਦ ਚ ਵੱਢ ਲਈਏ
चलन लग गई की हो गया मैं काड़ू बदलता तू गया आदर कदर पू चक्या ओ आया दस जवाब दा नहीं दंदा जवाब नहीं दंदा बीमार हो रहा ठीक कर लूगा नहीं ठीक हो पहला डारी मार दे हूं डारी नहीं मार दा जवाब देता जो डीवीडी लेना बाबा यार तेरा मेरे ना की बैर है यार बैर मेरा कागज ना होना फिर तू दे यार कबूतर बीमारी बीमारी रख लगा बीमार है फिर उही गल बीमार जो उठता ही नहीं है हर महीने भेजा सानू कमी आले ने ओ कमी आला तेन गप मार गया जेडी मैं तेन गल कहना गमांडिया ने है जरूर डारी नी मार जो मैं तेन केरा कहता भी डारी नहीं मार डारी नहीं मार तू पहला डारी मार दी मैं बड़ा बग जाओ मैं नहीं बी जीजा भी आ गया लड़ते नहीं है जीजा तो साड़ी गल दसी गाला कडूगा कम आई थी तो ਤੁਹਾਨੂੰ ਕਹਿੰਦਾ ਕਿਹੜਾ ਕੰਮ ਹੈ ਤੁਸੀਂ ਕਿਹੜੀ ਇਹਦਾ ਫੈਕਟਰੀ ਲਾਉਣੀ ਫੀਡ ਵਾਲੀ ਫੈਕਟਰੀ ਨਹੀਂ ਅਸੀਂ ਤਾਂ ਕਬੂਤਰ ਲੈਣ ਆਏ ਸੀ ਮੇਰਾ ਪਾਪਾ ਕਹਿੰਦਾ ਮੈਂ ਗੰਡੂਆ ਕਬੂਤਰ ਡਾਉਣਾ ਲਾਲ ਰੱਤਾ ਕਬੂਤਰ ਹੈ ਬਾਬੇ ਲਵੇ ਓਏ ਕੰਜ ਦਾ ਸੋਨੂੰ ਕਿਹਨੇ ਕਹਿੰਦਾ ਗੁੱਲੀ ਕਿਹੜਾ ਕਬੂਤਰ ਹੈ ਹੋਰ ਹੈ ਓ ਯਾਰ ਸਾਨੂੰ ਹਰਮਨ ਨੇ ਕਿਹਾ ਕੰਮੀ ਵਾਲੇ ਨੇ ਓਏ ਜਿਹੜੀ ਮੈਂ ਤੈਨੂੰ ਗੱਲ ਕਰਾਂ ਤੈਨੂੰ ਕੰਮੀ ਵਾਲੇ ਕਿਹਾ ਹਾਂ ਅਤੀ ਜੋ ਦੇ ਇੱਕ ਪੜਵਾਉ ਸਿਰ ਕਿਸੇ ਨਾ ਕਿਸੇ ਦਾ ਕਹਿੰਦਾ ਚਲੋ ਘਰੇ ਬਾਬਾ ਯਾਰ ਮਾਸੜ ਜੀ कबूतर मैं मेरे सड़े बूथे दे मरू ही कोई ना बाबा यार कोई ना चंगा भाई गुल्ली तेनू किसी ने मखौल कर कहता होरा 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 चंगा ए कमी वाला बेड़ा बंदा बा वही है ओनु मैं करदा टेलीफोन जाके हां किथे आ हो या खरामी किसी थां दा ए ना किथे आ बड़ा बिजले कबूतर बेचारे कोले हां बूढ़े आदमी रे मैं रोटियां तो बन गईयां जदों चाचे उना आणगे पाके दे दंगे बस हुण आ तो इतने बैठी फोन चला मैं कह रही थी संगरूर जाना
दीदी जे तुसी मेरे रोटी नहीं बनवानी सी मैनू इंज जवाब दे देंदे बहाना मारन की लोड़ सी कि मैं संगरूर काम जाना नाले पहला केड़ा मैं कल्ली कर दी नी हुण केड़ा मेरे हाथ टुट जाणगे नाले कल कलां नू कोई तुहाडा रिश्तेदार आवे जे मैं रोटी ना बनावा किन्नी तकलीफ होएगी तुहानू पैणे ना कराई काम मैं आपे कर लूं आपदा काम ना कराई की सोचूगा मेरा चाचा भी मेरे नाल काम भी नहीं करांदे एक कमला पहला कट सी जिहड़ा दूजा लिया के खड़ा करता ना कमला किनू कहा आ तेरा चाचा ओ सिद्धे साधे लोग ने कमले नहीं हैगे नाले जेहो जे भी ने ना मैनू प्यारे ओही लगदे ने देख ला है मास्टर जी किन्ना प्यार है दोनों जनिया देख ला पुछे बिना काम नहीं कर दिया पढ़ी लिखी जनानी लेने का फायदा होंगे है कबूतर ना मिले ना मैं तो इतों भजू ना ना जाइ ना बापे तू तो बावा कबूतर कानू है मासड़ जी कबूतर कानू ओ को है बड़ा बंदा टिचर करती किसी कंजर ने है मेरी गल सुन ला लाल रंग का कबूतर लाल सिरा ला ओ जे चल बिमार है कोई गल नहीं मैं तातक दे टीके ला के मैं उन्हें कायम कर दूं बाजी तो मैं जितनी हो जितनी है मैं तो सी मास्टर जी पला कदे बाजी जीती है सुनने कदे या बाजियां मैं बहुत जीती हैं ला मैं तेनू एक बाजी दी गल दस दा फिर सुनो ध्यान नाल देख मेरे कोले कबूतरी थी मैं ढाई ओह लोहा खेड़े तो ते जा बड़ी पमा बजी हां उत्ते उड्डी जावे जाके अब बौला कबूतरी थोड़ी जी थले आया करे मेरे साले फेर तहा ले जाया करन गोले हां हां थोड़ी जी थले आया करे गोले मार के बुला फेर तहा ले जाया करन उन्होंने ता कबूतरी पूरा घंटे टाइम हुंदा ना डर दा पूरा उत्ते रखी आपा बाजी जित गए अच्छा कबूतरी ना धक्का हो गया फिर है अब बौला की होगा जी जे तनु तो दा डंगर कुरलियां करी जांदा ओए ले प्राणिया मेरी गल सुन मैं तो तड़के दे आही लीड़े पा रखे ने मैं इन्हां नु बदलना चंगा ना नु दमा बदल ले आहो नी सरबी नी सरबी हां जी अरेया जा ओए डंगर एक कर ਲੱਭਣ ਲੱਗ ਗਏ ਕੰਮੀ ਵਾਲੇ ਦਾ ਨੰਬਰ ਇਹਦੇ ਵਿੱਚ ਲਿਖਿਆ ਹੋਇਆ ਉਹਦੇ ਪੁਆੜੇ ਪੈਂਦੇ ਨੇ ਇਸ ਘਰ 'ਚ ਆ ਦੇਖ ਇਹਦੇ ਲਿਖਿਆ ਹੋਇਆ ਕੰਮੀ ਵਾਲਾ ਲਿਖਿਆ ਹੋਊਗਾ ਲਾ ਕੇ ਦੇ ਫੋਨ ਲਾ ਲਾ ਦੇ ਲਈ ਫੋਨ ਆ ਦੋ ਤਿੰਨ ਨੰਬਰ ਨੇ ਕਿਹੜਾ ਕਿਹੜਾ ਦੁੱਧ ਵਾਲੇ ਦਾ ਹੋਊਗਾ ਕਾਲੇ ਦਾ ਹਾਂ ਹੈ ਹਾਂਜੀ ਇੱਕ ਉਹਦਾ ਹੋਊਗਾ ਇਹਦੇ ਲਿਖਿਆ ਹੋਇਆ ਇਹ ਆਰਤੀ ਦਾ ਹੋਊਗਾ जीवन आरती हाँ जी जीवन लिखा इतने कौ लिखा होगा तीन नंबर लिखे इतने में कट्ठे हाँ जी एक कमी का मुंडा लिखा होगा ये ते लाना है आहो ओके ले ये ला के नंबर मेरे साले जने टीटने जने बानी पार का स्पीकर ला दे भाई रेडू एदा उच्चा जा हेलो हाँ जी कौन है केड़ा बोलता है मैं अरमन बोल रही तुसी फोन करे तुसी कौन है कमी वाला हाँ जी तेरा ताया बोलता भाई भाग सिंह अच्छा किवें ताए मैं ता ठीक है तू नहीं ठीक है क्या मल्ला की गल होगी हैं
देख मेरी गल सुन शेरा, तैं पहला सानू बहुत टिचरां कर लिया, साडे पिंड ते बहुत बदनामी करी साडी करा दी तन्ने। हैं मैं की करया ताए? अज भाई तू साडे रिश्तेदार नू गलत मलत कोई गल कर गया। मैं की कहया ताए ओनू? बच्ची चो अद्या तैं कहया नहीं उहने कदे वी कबूतर मिलदे ने गुल्ली कोले? थोड़ी कह ਉਹੀ ਕਰਦੇ ਤਾਂ। ਮੇਰੀ ਗੱਲ ਸੁਣ ਲੈ ਸ਼ੇਰਾ, ਜਿੱਥੇ ਮਿਲ ਗਿਆ ਭਾਈ ਹੁਣ ਤੇਰੀ ਅਸੀਂ ਲੱਤ ਤੋੜਾਂਗੇ।